जी सेरेमनी का आगाज़ बाकायदा हो चुका है जी और अनवील किया जा रहा है। महाराजा रणजीत सिंह 180th डैथ एनिवर्सरी के उत्ते लाहौर फोर्ट के महाराणी जिंद कौर की हवेली दे बिल्कुल बाहर वाले गेट के उत्ते जिहड़ा वो ਤੁਸੀਂ ਦੇਖ ਰਹੇ ਹੋ ਰੇਡੀਓ ਸਾਡੇ ਵਾਲਾ 87.8 ਆਕਲੈਂਡ ਨਿਊਜ਼ੀਲੈਂਡ ਤੋਂ ਲਾਈਵ ਦੇਖ ਰਹੇ ਹੋ। जी एटलीस्ट लाइफ साइज जड़ा बॉबी दे हाथ से माइक दे दो। आज का दिन मनजी जी तुसी लाहौर आओ न्यूजीलैंड वास्ते आ देखो सी की खड़ा किता
ਇੱਥੇ ਖੁੱਲ੍ਹਾ ਪਿਆਰ ਮਿਲਦਾ, ਇੱਜ਼ਤ ਮਿਲਦੀ ਆ। ਮੇਰੀ ਦਰਖਾਸਤ ਆ ਸਿੱਖਾਂ ਨੂੰ, ਜੇ ਨਿਊਜ਼ੀਲੈਂਡ ਬੈਠੇ ਆ, ਆਸਟ੍ਰੇਲੀਆ ਬੈਠੇ ਆ, ਤੁਸੀਂ ਆਓ। ਦੇਖੋ ਸਾਡੇ ਯਾਰ ਵੀ ਆ ਗਏ ਪੈਰਿਸ ਤੋਂ, ਹਰਜੀਤ ਸਿੰਘ ਫਰੋਮ ਪੈਰਿਸ, ਇਹ ਤਬਲਾ ਵਜਾਓਗੇ ਹੁਣ, ਠੀਕ ਆ ਨਾ? ਅਸੀਂ ਇਹਨੂੰ ਨਾਲ ਲੈ ਕੇ ਆਏ ਆ। ਤੋ ਸਾਡੀ ਬੜੀ ਬੜੀ ਸਾਡੀ ਮਿਹਰਬਾਨੀ ਪਾਕਿਸਤਾਨ ਨੂੰ, ਅਤੇ ਸਾਡਾ ਇੰਨਾ ਇੱਜ਼ਤ ਦਿੰਦੇ ਆ, ਤੋ ਅਸੀਂ ਬੜੇ ਖੁਸ਼ ਆ। ਤੁਸੀਂ ਖੁਸ਼ ਰਹੋ। ਥੈਂਕ ਯੂ ਜੀ, ਥੈਂਕ ਯੂ ਜੀ। ਬੋਬੀ ਸਿੰਘ ਬੰਸਲ, ਜਿਨ੍ਹਾਂ ਦੀ ਵਜ੍ਹਾ ਨਾਲ ਇਹ ਸਾਰਾ ਪ੍ਰੋਜੈਕਟ ਜਿਹੜਾ ਉਹ ਕੰਪਲੀਟ ਹੋ ਪਾਇਆ, ਔਰ ਰਸ਼ ਬਹੁਤ ਜ਼ਿਆਦਾ ਇਸ ਵਾਸਤੇ ਮੈਂ ਕਹਾਂਗਾ ਕਿ ਕੋਸ਼ਿਸ਼ ਕਰਦੇ ਹਾਂ ਜੀ ਤੁਹਾਨੂੰ ਜਿਹੜਾ ਰੱਬ ਰੱਖਿਆ ਜੀ। ਆਪ ਬੈਠੇ ਚਲ ਗਏ ਸਰ, ਆਪ ਚਲੇ। ਜਿਹਨਾਂ ਨੂੰ ਪਿੱਛੇ ਕਹਿ ਰਹੇ ਨੇ, ਸਭ ਤੋਂ ਪਹਿਲੇ ਇਹਨਾਂ ਨੇ ਕੰਮ ਖਰਾਬ ਕੀਤਾ ਅੱਗੇ ਜਾ ਕੇ। ਅੱਠ ਮਹੀਨੇ ਲੱਗੇ ਆ ਜੀ ਇਸ ਸਕਲਪਚਰ ਨੂੰ ਤਿਆਰ ਹੋਣ ਵਾਸਤੇ, ਔਰ ਤਿੰਨ ਆਰਟਿਸਟ ਜਿਹੜੇ ਨੇ ਉਹ ਦਿਨ ਰਾਤ ਇਹਦੇ 'ਤੇ ਕੰਮ ਕਰਦੇ ਰਹੇ ਨੇ, ਫਿਰ ਜਾ ਕੇ ਕਿਤੇ ਇਹ ਕੰਮ ਮੁਕੰਮਲ ਹੋਇਆ। ਮੇਰੇ ਡੁਪਲੀਕੇਟ ਪਰਸਨ ਵੀ ਆਏ ਹੋਏ ਨੇ, ਦੇਖ ਲਓ, ਆਹ ਦੇਖ ਲਓ, ਮੈਂ 2 ਸਾਲ ਬਾਅਦ ਇੱਦਾਂ ਦਾ ਨਜ਼ਰ ਆਵਾਂਗਾ। ਬਾਕੀ ਜੀ ਸਿਟਿੰਗ ਸਾਰੀ ਜਿਹੜੀ ਹੈ ਉਹ ਸਾਹਮਣੇ, ਇਹ ਸਾਰੀ ਸਿਟਿੰਗ ਜਿਹੜੀ ਹੈ, ਇਹ ਘਰ ਦਾ ਫਾਉਂਟੇਨ ਹੈ ਜੀ। ਇੱਥੋਂ ਮਹਾਰਾਜਾ ਆਪਣੇ ਕੋਰਟ ਦੇ ਵਾਸਤੇ ਨਿਕਲਦਾ ਸੀ ਜੀ, ਠੀਕ ਹੈ ਜੀ। ਇਹ ਜਿਹੜੀ ਹਵੇਲੀ ਤੁਹਾਨੂੰ ਨਜ਼ਰ ਆ ਰਹੀ ਹੈ ਮਹਾਰਾਣੀ ਜਿੰਦ ਕੌਰ ਦੀ ਹੈ, ਇਹ ਉਹ ਐਂਟਰੈਂਸ ਗੇਟ ਹੈ ਪਿੱਛੇ। ਤੁਸੀਂ ਲਾਹੌਰ ਫੋਰਟ ਤੋਂ ਲਾਈਵ ਸੈਰੇਮਨੀ ਦੇਖ ਰਹੇ ਹੋ, ਅਨਵੀਲਡ ਕੀਤਾ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਮੂਰਤੀ ਹੈ, ਸਕਲਪਚਰ ਹੈ। ਆਪਸ ਵਿੱਚ ਆਈ ਜਾਵਾਂਗੇ।